ਮੈਂ ਤੇਰਾ ਪੁੱਤ ਨਹੀਂ ਹੈ, ਮੈਂ ਪੁੱਤ ਨਹੀਂ ਤੇਰਾ, ਮੈਂ ਉਹੀ ਪੁੱਤ ਆ ਢਿੱਡੋਂ ਜੰਮਾ ਹੀ ਹੈ, ਮੈਂ ਤੇਰਾ ਕੁਛ ਨਹੀਂ। ਗਰੀਬ ਦੀ ਰਕਸ਼ਾ ਤੁਸੀਂ ਵਾਹਿਗੁਰੂ ਨੇ ਕਰਨੀ, ਅਸੀਂ ਤੇ ਕੌਣ ਕਰਨ ਵਾਲੇ, ਉਹਨੇ ਕਰਨੀ। ਦੱਸ ਤੈਨੂੰ ਇੱਥੇ ਕੋਈ ਦਿੱਕਤ ਆ, ਪਰੇਸ਼ਾਨ ਕਰਦਾ ਕੋਈ ਇੱਥੇ? ਰੋਟੀ ਪਾਣੀ ਮਿਲਦਾ ਨੀ? ਮਿਲਦਾ, ਫਿਰ ਦਵਾਈ ਦਾਰੂ ਮਿਲਦੀ ਆ? ਪਿਆਰ ਤਾਂ ਤੂੰ ਦੇਣਾ ਬਾਪੂ, ਹੁਣ ਆਸ਼ੀਰਵਾਦ ਤਾਂ ਤੂੰ ਦੇਣਾ ਨਾ ਸਾਨੂੰ। ਆਪਣੇ ਹੱਥੀ ਪਾਲੇ ਪੁੱਤ ਨੂੰ ਉਡੀਕਦਾ ਰਹਿੰਦਾ, ਕੋਈ ਨੀ ਆਉਂਦਾ। ਬਸ ਇਹਦੀ ਘਰ ਵਾਲੀ ਨੇ, ਬਾਪੂ ਦੀ ਨੇ, ਮਾਤਾ ਨੇ ਸਾਰੀ ਉਮਰ ਬਾਪੂ ਦੀ ਕਦਰ ਨੀ ਪਾਈ। ਟੈਨਸ਼ਨਾਂ ਲੈ ਲੈ, ਫਿਕਰ ਕਰ ਕਰਕੇ, ਲੋਨ ਭਰ ਭਰ, ਕਿਸ਼ਤਾਂ ਭਰ ਭਰ, ਹਾਰਟ ਕੰਮ ਕਰਨ ਨੂੰ ਹਟ ਗਿਆ। 22-23% ਹਾਰਟ ਕੰਮ ਕਰਦਾ ਬਸ। ਮੇਰਾ ਪਿਓ ਹੀ ਆ ਤੂੰ ਯਾਰ, ਮੇਰੇ ਪਿਓ ਵਰਗਾ ਨਹੀਂ, ਤੂੰ ਮੇਰਾ ਪਿਓ ਹੀ ਆ। ਮੈਂ ਇੱਥੇ ਖੁਸ਼ ਹਾਂ, ਮੈਨੂੰ ਘਰ ਨਾਲੋਂ ਜ਼ਿਆਦਾ ਖੁਸ਼ੀ ਹੈ ਇੱਥੇ। ਹਾਂ ਬਾਪੂ, ਗੁਰਸੇਵਕ ਸਿੰਘ ਕਿਵੇਂ ਆ? ਠੀਕ ਹਾਂ। ਮੈਂ ਫਿਰ ਆਉਣਾ ਨਹੀਂ ਤੇਰੇ ਕੋਲ, ਮੈਂ ਪਿੱਛੇ ਮੁੜ ਜਾਣਾ, ਮਨ ਨਹੀਂ ਹੌਲਾ ਕਰਨਾ, ਤਕੜਾ ਰਹਿਣਾ ਹੀ ਯਾਰ। ਮੈਂ ਤੇਰਾ ਪੁੱਤ ਨਹੀਂ ਹੈ, ਮੈਂ ਪੁੱਤ ਨਹੀਂ ਤੇਰਾ, ਮੈਂ ਉਹੀ ਪੁੱਤ ਆ ਢਿੱਡੋਂ ਜੰਮਾ ਹੀ ਹੈ, ਮੈਂ ਤੇਰਾ ਕੁਛ ਨਹੀਂ। ਨਾ ਯਾਰ, ਤੇਰਾ ਪੁੱਤ ਆ ਮੈਂ ਵੀ, ਮੈਂ ਵੀ ਤੇਰਾ ਪੁੱਤ ਆ ਗੁਰਸੇਵਕ ਸਿੰਘ, ਮੈਂ ਵੀ ਤੇਰਾ ਪੁੱਤ ਆ। ਮੈਂ ਨਾ ਕਿਆ ਕਰ ਯਾਰ, ਜੇ ਉਹ ਤੇਰਾ ਬਾਇਓਲੋਜੀਕਲੀ ਪੁੱਤ ਆ, ਖੂਨ ਨਹੀਂ ਪੁੱਤ ਆ, ਮੈਂ ਤੇਰਾ ਪੁੱਤ ਨਹੀਂ? ਤੁਸੀਂ ਫਿਕਰ ਕਿਉਂ ਕਰਦਾ ਫਿਰ ਤੂੰ ਫਿਕਰ ਕਿਉਂ ਕਰਦਾ ਤੂੰ? ਗਰੀਬ ਦੀ ਰਕਸ਼ਾ ਤੁਸੀਂ ਵਾਹਿਗੁਰੂ ਨੇ ਕਰਨੀ, ਅਸੀਂ ਤੇ ਕੌਣ ਕਰਨ ਵਾਲੇ, ਉਹਨੇ ਕਰਨੀ ਹੈ ਨਾ। ਉਹ ਕਰਦਾ ਸੀ ਕੌਣ, ਸਾਡੀ ਕੀ ਉਕਾਰ ਸੀ, ਤਾਂ ਆਪ ਦਰ ਦਰ ਦੀਆਂ ਠੋਕਰਾਂ ਖਾਣ ਵਾਲੇ ਸੀਗੇ। ਬਾਬੇ ਨਾਨਕ ਦੀ ਕਿਰਪਾ ਹੋਈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਹੋਈ ਵੀ ਜਿਹਨੇ ਸਾਨੂੰ ਇੱਥੇ ਡਿਊਟੀ ਲਾਈ ਆ, ਕਰ ਉਹੀ ਰਿਹਾ, ਇਹ ਉਹਦਾ ਹੀ ਘਰ ਆ, ਇਹ ਰੋਟੀ ਵੀ ਉਹੀ ਦੇ ਰਿਹਾ, ਕੱਪੜਾ ਵੀ ਉਹੀ ਦੇ ਰਿਹਾ, ਦਵਾਈ ਦਾਰੂ ਵੀ ਉਹੀ ਦੇ ਰਿਹਾ, ਛੱਤ ਵੀ ਉਹੀ ਦੇ ਰਿਹਾ। ਬੰਦਾ ਨਹੀਂ ਦੇ ਸਕਦਾ ਬਾਪੂ, ਬੰਦਾ ਤਾਂ ਬੰਦੇ ਨੂੰ ਖਾ ਜਾਵੇ ਜੇ ਬੰਦੇ ਦੀ ਬੱਸ ਚੱਲੇ ਤਾਂ। ਅੱਜ ਇੱਦਾਂ ਦਾ ਸਮਾਂ ਚੱਲਦਾ, ਜੇ ਅੱਜ ਆ ਹੋ ਰਿਹਾ ਨਾ, ਅਸੀਂ ਨਹੀਂ ਕਰ ਰਹੇ, ਇਹ ਉਹੀ ਕਰ ਰਿਹਾ ਕਰਤਾਰ, ਸਾਨੂੰ ਪਾਪੀਆਂ ਨੂੰ, ਸਾਨੂੰ ਕਾਲ ਜੁਗੀਆਂ ਨੂੰ, ਮੇਰੇ ਨਾਲ ਹੋ ਰਹੀ ਹੈ। ਕੋਈ ਨਾ, ਫਿਰ ਤੂੰ ਹੌਸਲਾ ਰੱਖ, ਤੂੰ ਸਾਨੂੰ ਪੁੱਤ ਮੰਨ ਲਾ ਮਾੜਾ ਜਿਹਾ, ਕੁਛ ਨਹੀਂ ਹੋ ਰਿਹਾ ਤੇਰੇ। ਦੱਸ ਤੈਨੂੰ ਇੱਥੇ ਕੋਈ ਦਿੱਕਤ ਆ, ਪਰੇਸ਼ਾਨ ਕਰਦਾ ਕੋਈ ਇੱਥੇ? ਰੋਟੀ ਪਾਣੀ ਮਿਲਦਾ ਨੀ? ਮਿਲਦਾ, ਫਿਰ ਦਵਾਈ ਦਾਰੂ ਮਿਲਦੀ ਆ, ਮਾਣ ਸਤਿਕਾਰ ਮਿਲਦਾ? ਫਿਰ ਬਾਪੂ ਪਿਆਰ ਤਾਂ ਤੂੰ ਦੇਣਾ ਸਾਨੂੰ, ਫਿਰ ਪਿਆਰ ਤਾਂ ਤੂੰ ਦੇਣਾ ਬਾਪੂ, ਹੁਣ ਆਸ਼ੀਰਵਾਦ ਤਾਂ ਤੂੰ ਦੇਣਾ ਨਾ ਸਾਨੂੰ, ਹੁਣ ਤੱਕ ਤੇਰੀ ਚੀਜ਼ ਰਹਿ ਗਈ ਦੇਣ ਵਾਲੀ, ਬਾਕੀ ਤਾਂ ਸਾਰਾ ਕੋਈ ਮਹਾਰਾਜ ਦੇ ਹੀ ਜਾਂਦੇ ਤੈਨੂੰ। ਤੁਸੀਂ ਦੇਣਾ ਵਾਹਿਗੁਰੂ ਦੇ। ਵਾਹਿ ਖਾਲਸਾ, ਵਾਹਿ ਜੀ ਫਤਿਹ ਜੀ। ਬਾਪੂ ਗੁਰਸੇਵਕ ਸਿੰਘ ਜੀ, ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕੀ ਕੰਡੀਸ਼ਨ ਸੀ ਉਸ ਟਾਈਮ, ਅਤੇ ਅੱਜ ਮੇਰਾ ਬਾਪੂ ਸਿਰਫ ਆਪਣੇ ਖੂਨ ਨੂੰ, ਆਪਣੇ ਹੱਥੀ ਪਾਲੇ ਪੁੱਤ ਨੂੰ ਉਡੀਕਦਾ ਰਹਿੰਦਾ। ਕੋਈ ਨਹੀਂ ਆਉਂਦਾ। ਬਾਪੂ ਨੇ ਸਾਰੀ ਜ਼ਿੰਦਗੀ ਵਿਚਾਰੇ ਨੇ ਕੰਮ ਕੀਤਾ ਦੁਕਾਨ 'ਤੇ, ਇਹਦਾ ਮਾਲਕ ਆਇਆ ਜਿਹੜਾ, ਜਿਹਦੀ ਦੁਕਾਨ 'ਤੇ ਬਾਪੂ ਕੰਮ ਕਰਦਾ ਸੀ, ਉਹ ਵੀ ਬੰਦਾ ਰੱਬ ਹੀ ਹੈ ਵਿਚਾਰਾ, ਜਿਹੜਾ ਇਹਦੇ ਮਗਰ ਆ ਗਿਆ, ਗੇੜਾ ਮਾਰ ਕੇ ਗਿਆ ਦੋ ਵਾਰ। ਉਹ ਕਹਿੰਦਾ ਬਾਈ
ਵੀ ਮੇਰੀ ਦੁਕਾਨ ਤੇ ਬੰਦਾ ਕੰਮ ਕਰਦਾ ਸੀ ਵੀ ਮੈਂ ਇਸ ਤੋਂ ਇਮਾਨਦਾਰ ਬੰਦਾ ਨਹੀਂ ਕਦੇ ਦੇਖਿਆ। ਇੰਨਾ ਬੀਬਾ, ਇੰਨਾ ਚੰਗਾ ਬੰਦਾ, ਇੰਨਾ ਮਿਹਨਤੀ ਬੰਦਾ, ਬਹੁਤ ਔਖਾ ਹੋ ਕੇ ਇਹਨੇ ਆਪਦੇ ਬੱਚੇ ਪਾਲੇ, ਉਹਨਾਂ ਨੂੰ ਪੜ੍ਹਾਇਆ ਲਿਖਾਇਆ। ਬਸ ਐਸੇ ਕੋਈ ਕਰਮ ਸੀ। ਬਸ ਇਹਦੀ ਘਰਵਾਲੀ ਨੇ, ਬਾਪੂ ਦੀ ਨੇ, ਮਾਤਾ ਨੇ ਸਾਰੀ ਉਮਰ ਬਾਪੂ ਦੀ ਕਦਰ ਨਹੀਂ ਪਾਈ। ਬੱਚੇ ਵੀ, ਬਾਪੂ ਇੱਕ ਬੇਟਾ, ਇਕੱਲਾ ਇੱਕੋ ਹੀ ਹੈ, ਬਸ 1.25 ਲੱਖ ਹੀ। ਚਲੋ ਪਹਿਲਾਂ ਸਾਡਾ ਪੈਰ ਚੱਲਦੇ ਸੀ, ਆਪਦਾ ਕਮਾ ਕੇ ਖਾ ਲੈਂਦਾ ਸੀ, ਰੋਟੀ ਖਾਈ ਜਾਂਦਾ ਸੀ, ਜਿੰਨੇ ਕੁ ਵੱਧ ਜਾਂਦੇ ਉਹਨਾਂ ਨੂੰ ਦਿੰਦਾ ਸੀ। ਜਦੋਂ ਆਪਦੇ ਵੀ ਖੜ ਗਏ, ਟੈਨਸ਼ਨਾਂ ਲੈ ਲੈ, ਫਿਕਰ ਕਰ ਕਰਕੇ, ਲੋਨ ਭਰ ਭਰ, ਕਿਸ਼ਤਾਂ ਭਰ ਭਰ, ਹਾਰਟ ਕੰਮ ਕਰਨ ਨੂੰ ਹਟ ਗਿਆ। ਸਿਰਫ 22-23% ਹਾਰਟ ਕੰਮ ਕਰਦਾ ਤਾ, ਫਿਕਰ ਅੱਜ ਵੀ ਨਹੀਂ ਛੱਡਦਾ ਉਹਨਾਂ ਦਾ। ਪਹਿਲਾਂ ਫਿਕਰ ਸੀ ਉਹਨਾਂ ਨੂੰ ਵੱਡਿਆਂ ਕਰਨ ਦਾ, ਉਹਨਾਂ ਨੂੰ ਪਾਲਣ ਦਾ, ਉਹਨਾਂ ਨੂੰ ਪੜ੍ਹਾਉਣ ਦਾ, ਉਹਨਾਂ ਨੂੰ ਵਿਆਹੁਣ ਦਾ। ਹੁਣ ਫਿਕਰ ਆ ਵੀ ਉਹ ਮਿਲ ਜਾਣ ਮੈਨੂੰ, ਮੈਨੂੰ ਮਿਲਦੇ ਕਿਉਂ ਨੀ, ਮੇਰੇ ਕੋਲ ਆਉਂਦੇ ਕਿਉਂ ਨੀ, ਮੈਨੂੰ ਬੁਲਾਉਂਦੇ ਕਿਉਂ ਨੀ, ਮੈਨੂੰ ਸਾਂਭਦੇ ਕਿਉਂ ਨੀ। ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ ਬਾਪੂ, ਬੁਰਾ ਨਹੀਂ ਕੀਤਾ, ਪਰ ਕੁਛ ਚੀਜ਼ਾਂ ਕਰਮਾਂ ਦੀਆਂ ਹੁੰਦੀਆਂ, ਉਹਨਾਂ ਦੇ ਮਾੜੇ ਕਰਮ ਆ, ਉਹਦੇ ਤੇਰੇ ਨਹੀਂ। ਤੈਨੂੰ ਤਾਂ ਫਿਰ ਪੁੱਤ ਮਿਲ ਗਿਆ, ਤੈਨੂੰ ਤਾਂ ਫਿਰ ਐਡਾ ਘਰ ਮਿਲ ਗਿਆ, ਐਡਾ ਪਰਿਵਾਰ ਮਿਲ ਗਿਆ, ਕਿੰਨੇ ਧੀਆਂ ਪੁੱਤ ਆ ਤੇਰੇ ਇੱਥੇ, ਕਿੰਨੇ ਲੋਕ, ਸਾਰੇ ਜਾਣੇ ਤੈਨੂੰ ਹੱਸਦੇ ਖੇਡਦੇ ਹੋ, ਗੱਲਾਂ ਮਾਰਦੇ ਹੋ ਤੁਸੀਂ ਇੱਥੇ, ਸਾਰੀਆਂ ਚੀਜ਼ਾਂ ਖਾਣ ਪੀਣ ਵਾਲੀਆਂ, ਲੱਭਦਾ ਸਵੇਰ ਨੂੰ ਧੋਤੇ ਹੋਏ ਕੱਪੜੇ ਮਿਲਦੇ ਹਨ, ਚਾਦਰ ਧੋਤੀ ਹੋਈ ਮਿਲਦੀ ਹੈ। ਉਹਨਾਂ ਦੇ ਮਾੜੇ ਕਰਮ ਆ ਵੀ ਉਹ ਜਿਹੜੇ ਤੁਹਾਡੀ ਸੇਵਾ ਨਹੀਂ ਕਰ ਪਾਏ, ਉਹ ਜਿਹਨਾਂ ਨੂੰ ਪਿਓ ਦੀ ਇਸ ਉਮਰ ਦੇ ਵਿੱਚ ਅਸੀਸ ਨਹੀਂ ਮਿਲ ਰਹੀ, ਉਹ ਪੈਰੀ ਹੱਥ ਨਹੀਂ ਲਾ ਪਾਏ ਤੇਰੇ ਅੱਜ ਤੱਕ। ਧੋਖਾ ਨਹੀਂ ਦਿੱਤਾ ਬਾਪੂ, ਉਹਨਾਂ ਨੇ ਆਪਦੇ ਆਪ ਨੂੰ ਧੋਖਾ ਦਿੱਤਾ, ਤੈਨੂੰ ਨਹੀਂ ਦਿੱਤਾ। ਤੈਨੂੰ ਤਾਂ ਮਿਲ ਗਏ ਪੁੱਤ ਤੇਰੇ, ਮੈਂ ਪੁੱਤ ਨਹੀਂ ਤੇਰਾ। ਫਿਰ ਬਾਪੂ ਐਂ ਕਹਿੰਦਾ ਮੇਰਾ ਵੀ ਮਨ ਤੋੜੀ ਜਾਂਦਾ ਯਾਰ, ਹੈਂ ਬਾਪੂ ਮੇਰਾ ਵੀ ਮਨ ਤੋੜੀ ਜਾਂਦਾ ਯਾਰ, ਮੈਂ ਤੇਰਾ ਪੁੱਤ ਨਹੀਂ, ਪੁੱਤ ਹੈ ਜਾਂ ਨਹੀਂ। ਫਿਰ ਯਾਰ ਬਾਪੂ ਰੋ ਨਾ ਯਾਰ, ਫਿਰ ਨਾ ਯਾਰ ਬਾਪੂ, ਬਾਪੂ ਨਾ ਰੋ, ਨਾ ਰੋ ਗੁਰਸੇਵਕ ਸਿਆ, ਤਕੜਾ ਹੋ ਤਕੜਾ, ਇਹ ਦੁਨੀਆ ਦੀ ਰੀਤ ਆ ਬਾਪੂ, ਹੈਂ ਨੇਕੀ ਕਰ ਕੂਏ ਮੈਂ ਡਾਲ, ਇਹੀ ਦੁਨੀਆ ਦਾ ਗੀਤ ਆ ਬਾਪੂ। ਫਿਕਰ ਨਾ ਕਰ ਬਾਪੂ, ਫਿਕਰ ਨਾ ਕਰ ਬਾਪੂ, ਫਿਕਰ ਨਾ ਕਰ, ਮੇਰਾ ਪਿਓ ਸਿਰ ਤੇ ਹੱਥ ਰੱਖਿਆ ਕਰ ਆਪਦੇ ਪੁੱਤਾਂ ਨੂੰ, ਮਹਾਰਾਜ ਤੰਦਰੁਸਤੀਆਂ ਬਖਸ਼ੇ ਤੇਰੇ ਪੁੱਤ ਅਸੀਂ ਬਣ ਸਕੀਏ, ਮਹਾਰਾਜ ਸਾਨੂੰ ਸਮੱਤ ਬੁੱਧੀ ਬਖਸ਼ੇ। ਬਾਪੂ ਦੀ ਕੱਦ ਕਾਠੀ ਤੇਰੇ ਜਿੱਡੀ ਹੋਈ ਸੀ ਬਾਪੂ, ਮੇਰਾ ਪਿਓ ਹੀ ਆ ਤੂੰ ਯਾਰ, ਮੇਰੇ ਪਿਓ ਵਰਗਾ ਨੀ, ਤੂੰ ਮੇਰਾ ਪਿਓ ਹੀ ਆ, ਠੀਕ ਆ। ਸਤਿ ਵਚਨ ਜੀ, ਤੁਸੀਂ ਵੀ ਕਰਿਓ ਅਰਦਾਸ ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ਣ, ਉਹ ਆਪਣੀ ਜ਼ਿੰਮੇਵਾਰੀ ਸਾਂਭਣ, ਸਮਝਣ। ਇੱਕ ਵਾਰ ਆ ਕੇ ਮਿਲ ਜਾਣ, ਖਹਿੜਾ ਛੁੱਟੇ ਮੇਰਾ।
ਮੈਂ ਆਪਣੇ ਦਿਲ ਦੀ ਭਾਸ ਪੂਰੀ ਕਰ ਲਈ, ਬਸ ਹੋਰ ਕੁਛ ਨਹੀਂ ਮੈਨੂੰ ਚਾਹੀਦਾ। ਮੈਂ ਇੱਥੇ ਠੀਕ ਹਾਂ, ਬਿਲਕੁਲ ਇੱਥੇ ਸੈੱਟ ਹੈ। ਮੈਨੂੰ ਕੱਪੜੇ ਵੀ ਮਿਲਦੇ ਆ, ਰੋਟੀ ਵੀ ਮਿਲਦੀ ਹੈ, ਸਭ ਕੁਛ ਮਿਲਦਾ। ਮੈਂ ਇੱਥੇ ਖੁਸ਼ ਹਾਂ, ਮੈਨੂੰ ਕਰਨਾ ਜ਼ਿਆਦਾ ਖੁਸ਼ੀ ਹੈ ਇੱਥੇ। ਸਿਰਫ ਮੈਂ ਇੱਕ ਵਾਰ ਕਹਿੰਦਾ ਵੀ ਮੇਰੇ ਮੂੰਹ ਤੋਂ ਹੀ ਹੋ ਤਾਂ ਜਾਣ। ਮਿਲ ਜਾਓ ਯਾਰ ਬਾਈ, ਮਿਲ ਜਾ ਮੇਰੀ ਭੈਣ, ਤੂੰ ਹੀ ਆ ਜਾ। ਬਹੁਤ ਥਾਵਾਂ 'ਤੇ ਅਸੀਂ ਕਹਿੰਦੇ ਹਾਂ ਗੱਲ ਵੀ ਜੇ ਇੱਕ ਧੀ ਹੁੰਦੀ ਨਾ ਬਾਪੂ ਰੁੜਦਾ ਨਾ, ਤੂੰ ਤਾਂ ਧੀ ਆ, ਤੂੰ ਤਾਂ ਮਿਲ ਜਾ। ਮੇਰੀ ਵੀ ਧੀ ਹੈ, ਮੈਂ ਵੀ ਉਹਦੇ ਪਿੱਛੇ ਮਰਦਾ, ਉਹ ਵੀ ਪਿੱਛੇ ਮੇਰੇ ਪਿੱਛੇ ਮਰਦੀ, ਕਿਸੇ ਨੇ ਆ ਨਹੀਂ ਕੀਤਾ। ਮਿਲ ਜਾ ਮੇਰੀ ਭੈਣ ਆ ਕੇ ਬਾਪੂ ਗੁਰਸੇਵਕ ਸਿੰਘ ਨੂੰ। ਕਿਹੜੇ ਪਿੰਡ ਵਿਆਹੀ ਹੈ ਕੁੜੀ? ਉਹ ਤਾਂ ਜੀ ਵਿਆਹੀ ਤਾਂ ਹੈਗੀ ਇੱਥੇ ਆਪਣੇ ਦਰਾਏ ਦੇ ਕੋਲ, ਪਰ ਰਹਿੰਦੀ ਉਹ ਜਿਹੜੀ ਹੈ ਉਹ ਕਿੱਥੇ ਹੈ? ਬਾਹਰ। ਬਾਹਰ ਕਿੱਥੇ? ਆਪਣਾ ਮਦਰਾਸ। ਮਦਰਾਸ? ਬੰਗਲੌਰ। ਬੰਗਲੌਰ। ਜਵਾਈ ਉੱਥੇ ਕੀ ਕਰਦਾ? ਉਹ ਇੱਥੇ ਹੈ ਵਰਕ ਮਿਸਤਰੀ, ਫੋਰਮੈਨ। ਫੋਰਮੈਨ। ਹਾਂਜੀ। ਮਿਲ ਜਾ ਮੇਰੀ ਭੈਣ, ਜੇ ਸਾਡੀਆਂ ਵੀਡੀਓ ਦੇਖਦੀਆਂ ਨਾ, ਮਿਲ ਜਾ। ਕਿਉਂਕਿ ਵੀਡੀਓ ਤਾਂ ਤੁਸੀਂ ਦੇਖਦੇ ਹੋ, ਕਿਉਂਕਿ ਬਾਪੂ ਨੇ ਆਪਣੇ ਬੇਟੇ ਨੂੰ ਸੁਨੇਹਾ ਵੀ ਭਿਜਵਾਇਆ ਸੀ, ਉਹਨਾਂ ਨੂੰ ਵੀਡੀਓ ਵੀ ਭਿਜਵਾਈਆਂ ਸੀ। ਬਲਜੀਤ ਕੌਰ ਭੈਣੇ, ਮਿਲ ਜਾ। ਬਾਪੂ ਦਾ ਪੁੱਤ ਆ। ਬਾਪੂ ਪੁੱਤ ਦਾ ਕੀ ਨਾਂ? ਗੁਰਦੀਪ ਸਿੰਘ। ਗੁਰਦੀਪ ਸਿੰਘ, ਮਿਲ ਜਵਾ। ਮਿਲ ਕੇ ਜਾਣਗੇ, ਆਉਣਗੇ ਬਾਪੂ, ਆਉਣਗੇ, ਫਿਕਰ ਨਾ ਕਰ, ਆਉਣਗੇ। ਵਾਹਿ ਖਾਲਸਾ, ਵਾਹਿ ਫਤਿਹ।